ਇਹ ਸਾਡੀ ਪਾਕ ਧਰਤੀ ਦਾ ਦਿਨ ਹੈ ਔਰ ਹਰ ਪਾਕਿਸਤਾਨੀ ਨੂੰ ਮਨਾਉਣਾ ਚਾਹੀਦਾ ਹੈ ਕਿ 14 ਅਗਸਤ ਹੀ ਉਹ ਪਾਕ ਦਿਨ ਹੈ ਜਿਸ ਦਿਨ ਸਾਡਾ ਵਤਨ ਬਣਿਆ ਸੀ ਔਰ ਨਕਸ਼ੇ ਤੇ ਜਿਹੜੇ ਨੇ ਉਹ ਦਿਲਾਂ 'ਚ ਬਣੇ ਹੋਏ ਸਨ ਪਰ ਜ਼ਮੀਨ ਦੇ ਉੱਤੇ ਕਾਇਦ ਆਜ਼ਮ ਦੀ ਮਿਹਰਬਾਨੀ ਦੇ ਨਾਲ 14 ਅਗਸਤ ਨੂੰ ਸਾਨੂੰ ਆਜ਼ਾਦ ਮਮਲਕਤ ਮਿਲੀ ਸਾਨੂੰ ਉਦੋਂ ਤੋਂ ਪਤਾ ਚੱਲਦਾ ਜਦੋਂ ਅਸੀਂ ਗੁਲਾਮ ਕੌਮਾਂ ਨੂੰ ਦੇਖਦੇ ਹਾਂ ਜਦੋਂ ਅਸੀਂ ਫਲਸਤੀਨ ਵੱਲ ਨਿਗਾਹ ਕਰਨੇ ਆ ਜਦੋਂ ਅਸੀਂ ਕਸ਼ਮੀਰ ਵੱਲ ਵੇਖਦੇ ਹਾਂ ਫਿਰ ਸਾਨੂੰ ਪਤਾ ਚੱਲਦਾ ਕਿ ਕਾਇਦ ਆਜ਼ਮ ਨੇ ਅਤੇ ਸਾਡੇ ਬਜ਼ੁਰਗਾਂ ਨੇ ਸਾਡੇ ਲਈ ਕੀ ਕੁਰਬਾਨੀਆਂ ਦਿੱਤੀਆਂ ਅਤੇ ਅਸੀਂ ਇੱਕ ਆਜ਼ਾਦ ਵਤਨ ਵਿੱਚ ਬੈਠੇ ਹੋਏ ਹਾਂ ਅਤੇ ਮੈਂ ਮੁਬਾਰਕਬਾਦ ਪੇਸ਼ ਕਰਨੀ ਹਾਂ ਹਰ ਪਾਕਿਸਤਾਨੀ ਨੂੰ ਕਿ ਆਪਣੇ ਬੱਚਿਆਂ ਨੂੰ ਅਤੇ ਆਪਣੇ ਦਿਲ ਨੂੰ ਇਹ ਸਮਝਾਓ ਕਿ ਇਹ ਪਾਕ ਵਤਨ ਬਹੁਤ ਵੱਡੀ ਨੇਮਤ ਹੈ ਵਤਨ ਹੈ ਅਤੇ ਅਸੀਂ ਹਾਂ ਪਾਕਿਸਤਾਨ ਜ਼ਿੰਦਾਬਾਦ।